ਕਈ ਕੋਈ ਸੀਆਨੇ ਜਾਂਦਾ ਉਹ ਵੀ ਇੱਕੋ ਗੱਲ ਆ, ਕੋਈ ਕੈਦਰ ਜਾਂਦਾ ਉਹ ਵੀ ਇੱਕੋ ਗੱਲ ਆ, ਕੋਈ ਪੈਂਸੀ ਕਾਸਟ ਜਾਂਦਾ ਉਹ ਵੀ ਇੱਕੋ ਗੱਲ ਆ। ਪਰ ਮੇਰਾ ਕਹਿਣ ਦਾ ਮਤਲਬ ਪ੍ਰਧਾਨ ਵਾ, ਅਲੱਗ ਅਲੱਗ ਗਿਫਟ ਦਿੱਤੇ ਆ ਖੁਦਾ ਨੇ, ਕਿਸੇ ਸਿੱਖ ਨੂੰ ਅਲੱਗ ਵਾ, ਕਿਸੇ ਆਗੂ ਨੂੰ ਅਲੱਗ ਵਾ, ਕਿਸੇ ਨੂੰ ਅਲੱਗ ਅਲੱਗ ਗਿਫਟ ਵਾ, ਜਿਹੜੇ ਸੰਤ ਨੂੰ ਗਿਫਟ ਦਿੱਤੇ ਆ। ਆਤਮਾ ਦੇ ਕਿੰਨੇ ਪ੍ਰਧਾਨ ਵਾ ਜੀ, ਇਹ ਪ੍ਰਭੂ ਦੀ ਕਿਰਪਾ ਨਾ ਹੀ ਦਿੱਤੇ ਆ ਸੰਤ 40 ਲੱਖ। ਅੱਜ ਤੋਂ ਪਿਛਲੇ ਸ਼ਨੀਵਾਰ ਮੈਂ ਇੱਥੇ ਆਈ ਸੀ, ਪਿਛਲੇ ਸ਼ਨੀਵਾਰ ਜਦੋਂ ਮੈਂ ਇੱਥੇ ਆਈ ਸੀ ਤੇ ਇਹਨਾਂ ਨੇ ਪ੍ਰੇਅਰ ਕੀਤੀ ਤੇ 12 ਸਾਲ ਪਹਿਲਾਂ ਮੈਨੂੰ ਇਹਨਾਂ ਨੇ ਪ੍ਰੇਅਰ ਦੇ ਮੁਤਾਬਕ ਸੇਵਾ ਕੀਤੀ ਤਾਂ ਬਹੁਤ ਗੱਡੀਆਂ ਜੋ ਕੁਛ ਇਹਨਾਂ ਨੇ ਕਿਹਾ ਸੀ ਉਹ ਸਾਨੂੰ ਮਿਲੀਆਂ। ਉਸ ਤੋਂ ਬਾਅਦ 12 ਸਾਲ ਤੋਂ ਬਾਅਦ ਮੈਂ ਇੱਥੇ ਆਉਣਾ ਛੱਡ ਦਿੱਤਾ। ਮੈਂ ਕੈਥਲਿਕ ਚਰਚ ਜਾਂਦੀ, ਉੱਥੇ ਹੀ ਜਾਂਦੀ ਸੀ। ਉਸ ਤੋਂ ਬਾਅਦ 12 ਸਾਲ ਤੋਂ ਬਾਅਦ ਮੈਂ ਛੱਡਿਆ। ਮੈਂ ਪਿਛਲੇ ਨਵੰਬਰ 'ਚ ਬੇਟੀ ਦਾ ਵਿਆਹ ਕੀਤਾ, ਵਿਆਹ ਕਰਨ ਤੋਂ ਬਾਅਦ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਪਿਛਲੇ 3 ਵਾਰ ਜਦੋਂ ਮੈਂ ਬੱਚਿਆਂ ਲੈ ਆ ਗਿਆ ਤਾਂ ਨਹਿਰ ਤੋਂ ਉੱਥੇ ਕਚਰਾ ਸੀ, ਉੱਥੇ ਕਚਰੇ ਦੇ ਡਿੱਗ ਪਏ। ਫਿਰ ਮੈਂ ਪਾਸਟਰ ਸਾਹਿਬ ਦੇ ਆ ਕੇ ਖੋਲ ਕੇ ਮੈਂ ਕਿਹਾ ਜੀ ਇਸ ਤਰ੍ਹਾਂ ਦਾ ਡਿੱਗ ਲਓ। ਕਹਿੰਦੇ ਤੁਸੀਂ ਸਾਨੂੰ ਭੁੱਲ ਗਏ ਸੀ, ਦੁਬਾਰਾ ਤੁਸੀਂ ਇੱਥੇ ਆਏ ਹੋ, ਤੁਹਾਡਾ ਬਹੁਤ ਧੰਨਵਾਦ। ਜਦੋਂ ਸੰਤ ਨੇ ਪ੍ਰੇਅਰ ਕੀਤੀ ਤਾਂ ਇੱਧਰ 12 ਦਿਨ ਹੋ ਗਏ ਸੀ, ਰੋਟੀ ਨਹੀਂ ਸੀ ਕਰਦੀ। ਜਦੋਂ ਮੈਂ ਇੱਥੇ ਆ ਕੇ ਪ੍ਰੇਅਰ ਕਰਵਾਈ ਉੱਧਰ ਇਹਨੇ ਰੋਟੀ ਖਾ ਲਈ, ਔਰ ਪਿਛਲੇ ਸ਼ਨੀਵਾਰ ਤੋਂ ਲੈ ਕੇ 12 ਦਿਨ ਰੋਟੀ ਛੱਡਣ ਤੋਂ ਬਾਅਦ ਖਾਧੀ। ਜਦੋਂ ਸ਼ਨੀਵਾਰ ਤੋਂ ਲੱਗਿਆ ਅੱਜ ਦੇਖੋ ਅੱਜ 10ਵਾਂ 11ਵਾਂ ਦਿਨ ਡਿਊਟੀ ਵੀ ਜਾਂਦੇ ਆ ਤੇ ਖਾਣਾ ਵੀ ਬਹੁਤ ਵਧੀਆ ਖਾਂਦੇ। ਮੈਂ ਪ੍ਰਭੂ ਦਾ ਬਹੁਤ ਧੰਨਵਾਦ। ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਤੋਂ 12 ਸਾਲ ਦੀ ਹਿਸਟਰੀ ਹੈ ਮੇਰੀ ਕਿ ਮੈਂ ਸ਼ਰਾਬ ਬਹੁਤ ਪੀਂਦਾ ਸੀਗਾ, ਠੀਕ ਹੈ ਜੀ। ਤੇ ਜਦੋਂ ਮੇਰੇ ਇੱਥੇ ਮੈਸੇਜ ਆਏ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਪਾਜ ਸਾਹਿਬ ਕੋਲ ਗਈ ਸੀਗੀ ਤੇ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਤੁਸੀਂ ਸ਼ਰਾਬ ਪੀਣੀ ਜਾਣੀ ਕਿ ਛੱਡ ਦਿਓ। ਤੇ ਜਿੱਦਣ ਉਹ ਇੱਥੇ ਆਈ ਉਸ ਦਿਨ ਤੋਂ ਦੂਜੇ ਦਿਨ ਮੈਂ ਸ਼ਰਾਬ ਪੀਣੀ ਛੱਡ ਦਿੱਤੀ। ਹੁਣ ਥੋੜ੍ਹੇ ਕੁ ਚਿਰਾਂ ਤੋਂ ਯਾਨੀ ਕਿ 8 ਸਾਲ ਮੈਂ ਸ਼ਰਾਬ ਨਹੀਂ ਪੀਤੀ ਹੈਗੀ। ਤੇ ਆ ਬੇਟੀ ਦੀ ਸ਼ਾਦੀ ਸੀਗੀ ਨਵੰਬਰ ਮਹੀਨੇ ਦੇ ਵਿੱਚ ਤੇ ਮੈਂ ਅਚਾਨਕ ਹੀ ਕਿਸੇ ਦੇ ਨਾਲ ਉੱਥੇ ਡਿਊਟੀ ਦੇ ਹੀ ਯਾਨੀ ਕਿ ਪੈਕ ਪੁੱਕ ਲਾ ਲਿਆ ਤੇ ਦਿਲ ਕਰ ਗਿਆ ਵੀ ਤੇ ਪੀਂਦੇ ਪੀਂਦੇ ਆਹ ਦਿਨ ਆ ਗਏ। ਤੇ ਇੱਕ ਦਿਨ ਜ਼ਿਆਦਾ ਹੀ ਯਾਨੀ ਕਿ ਮੈਂ 10-15 ਦਿਨ ਯਾਨੀ ਕਿ ਰੋਟੀ ਵੀ ਖਾਧੀ ਨਹੀਂ। ਤੇ ਇਹ ਪਰਮਜੀਤ ਆਈ ਇੱਥੇ ਪਾਜ ਸਾਹਿਬ ਦੇ ਕੋਲ, ਸੰਤਾਂ ਦੇ ਕੋਲ, ਤੇ ਇਹਨੇ ਆ ਕੇ ਸੰਤਾਂ ਨੂੰ ਦੱਸਿਆ ਕਿ ਸ਼ਰਾਬ ਬਹੁਤ ਪੀਣਾ ਪਏ, ਨਾ ਰੋਟੀ ਖਾਂਦੇ ਆ ਤੇ ਨਾ ਉੱਠਦੇ ਆ, ਨਾ ਡਿਊਟੀ ਜਾਂਦੇ ਆ। ਤੇ ਜਿਸ ਦਿਨ ਇਹ ਆਈ ਇੱਥੇ ਤੇ ਸ਼ਨੀਵਾਰ ਦਾ ਦਿਨ ਸੀ ਤੇ ਮੈਂ ਐਤਵਾਰ ਨੂੰ ਸ਼ਾਮ ਨੂੰ ਰੋਟੀ ਵੀ ਖਾ ਲਈ ਤੇ ਸ਼ਰਾਬ ਪੀਣੀ ਵੀ ਬੰਦ ਕਰ ਲਈ ਤੇ ਡਿਊਟੀ ਦੇ ਵੀ ਚਲੇ ਗਿਆ ਤੇ ਸੰਤਾਂ ਤੋਂ ਪ੍ਰੇਅਰ ਕਰਾਈ। ਮੈਂ ਕਿਹਾ ਸੰਤ ਜੀ ਮੈਂ ਅੱਜ ਡਿਊਟੀ ਤੇ ਜਾ ਰਿਹਾ ਕਿ ਮੈਨੂੰ ਕੋਈ ਡਾਕਟਰ ਸਾਹਿਬ ਕਹਿਣ ਨਾ ਤੇ ਮੈਂ ਮੁਲਾਨੀ ਹਸਪਤਾਲ ਦੇ ਵਿੱਚ ਜੋਬ ਕਰਦਾ, ਓਟੀ ਦੇ ਵਿੱਚ, ਪੇਸ਼ੈਂਟ ਸਟੇਟ ਦੇ ਵਿੱਚ, ਬਹੁਤ ਵੱਡਾ ਮੇਰੀ ਜੋਬ ਹੈਗੀ ਆ। ਤੇ ਇਹਨਾਂ ਨੇ ਪ੍ਰਾਰਥਨਾ ਕੀਤੀ, ਨਾ ਤੇ ਮੈਨੂੰ ਡਾਕਟਰ ਸਾਹਿਬ ਨੇ ਕੁਛ ਕਿਹਾ ਤੇ ਨਾ ਕਿਸੇ ਨੇ ਕੁਛ ਕਿਹਾ ਤੇ ਮੈਂ ਆਰਾਮ ਦੇ ਨਾਲ ਆਪਣੇ ਜਾ ਕੇ ਕੰਮ ਤੇ ਲੱਗ ਗਿਆ। ਇਹ ਸੰਤਾਂ ਦੀ ਬਹੁਤ ਹੀ ਮਿਹਰਬਾਨੀ ਹੈਗੀ ਆ, ਮੈਂ ਇਹਨਾਂ ਦਾ ਸ਼ੁਕਰ ਗੁਜ਼ਾਰ ਕਰਦਾ ਹਾਂ। ਸਾਰਿਆਂ ਨੂੰ ਜੈ ਸ੍ਰੀ ਸਭ ਕੁਛ ਮਿਲੇਗਾ। ਕਹਿੰਦੇ ਜੀ ਕਾਰਾਂ, ਗੱਡੀਆਂ, ਮੋਟਰਸਾਈਕਲ ਸਭ ਕੁਛ ਮਿਲੇਗਾ, ਉਹ ਪ੍ਰਭੂ ਦੀ ਦਇਆ ਨਾਲ ਸਭ ਕੁਛ ਮਿਲਿਆ, ਇਹਨਾਂ ਦੀ ਪ੍ਰਾਰਥਨਾ ਨਾਲ ਸਭ ਕੁਛ ਮਿਲਿਆ ਸਾਨੂੰ ਜੀ। ਅੱਜ ਦੇਖ ਸਕਦੇ ਹਾਂ ਚਵਾਰਾ ਤੇ ਚਵਾਰੇ ਪਏ ਹੋਏ ਆ, ਗੱਡੀ ਚੋਂ ਇੱਕ ਚੋਂ ਉਤਰਦਾ ਸੀ, ਇੱਕ ਚੋਂ ਬਹਿੰਦਾ ਸੀ, ਮੋਟਰਸਾਈਕਲ ਆ ਜਿਹੜੀਆਂ ਨਵੀਆਂ ਗੱਡੀਆਂ ਚੱਲੀਆਂ ਉਹ ਗੱਡੀਆਂ ਜੋ ਨਾ ਸੌ ਪ੍ਰਭੂ ਨੇ ਦਿੱਤਾ, ਪਰ ਅਸੀਂ ਇਹਨਾਂ ਨੂੰ ਭੁੱਲ ਗਏ ਸੀਗੇ। ਨੱਚ ਕੇ ਗੱਡੀ ਤੋਂ ਉਤਰ ਕੇ ਵੀ ਆ ਕੇ ਤਾਂ ਮੇਰੇ ਨੇ ਗੋਡੇ ਫੜ ਲੈਣੇ। ਸੰਤ ਜੀ ਤੁਹਾਡੇ ਬਦੌਲਤ, ਮੈਂ ਤੁਹਾਡੇ ਬਦੌਲਤ ਅੱਜ ਗੱਡੀਆਂ 'ਚ ਘੁੰਮਦਾ ਆ। ਸੱਚ ਮੁੱਚ ਇਹ ਕੋਈ ਡੁਪਲੀਕੇਟ ਗੱਲਾਂ ਨਹੀਂ, ਸਾਡੀਆਂ ਬਣਾਈਆਂ ਗੱਲਾਂ ਨਹੀਂ,
ਸਟੀਆਂ ਨਹੀਂ ਸੱਚਮੁੱਚ ਜੋ ਸੰਤ ਨੇ ਮੁੰਝ ਬੋਲ ਬੈਠੇ ਸੋ ਪੂਰੇ ਕੀਤੇ ਸਾਰੇ ਪੂਰੇ ਹੋ ਜਾਣਗੇ ਕੈਦਰ ਕਾਲਿਆਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਬਾਦਰਾਂ ਨੂੰ ਨਹੀਂ ਮਾੜਾ ਕਹਿੰਦਾ ਮੈਂ ਕਿਸੇ ਨੂੰ ਜੋ ਜਿੱਥੇ ਜਿੱਥੇ ਹੈਗੇ ਸਹੀ ਆ ਪਰ ਜਿਹੜੇ ਪ੍ਰਧਾਨ ਅਗਲਾ ਜਿਹੜੇ ਪ੍ਰਧਾਨ ਇਹ ਸੰਤ ਨੂੰ ਆ ਉਹ ਪ੍ਰਧਾਨ ਕਿਸੇ ਕਿਸੇ ਕੋ ਹੋਊਗਾ ਆਰੀ ਸਾਰੀ
ਸੁਣੇ ਹਨ, ਦਸ ਵਰਦਾਨ ਪਰਮੇਸ਼ਰ ਨੇ ਦਿੱਤੇ ਹਨ, ਤੁਸੀਂ ਵਿਸ਼ਵਾਸ ਨੇਜਾ ਕਰੋ। ਜੇ ਬਿਜੂ ਨੂੰ, ਇਸ ਡਾਕਟਰ ਸਾਹਿਬ ਨੂੰ ਰੂੜੀ ਤੋਂ ਚਾਕੇ ਚਟਾਨ ਦੇ ਪ੍ਰਭੂ ਯਸੂ ਮਸੀਹ ਖੜਾ ਕਰ ਸਕਦਾ, ਇਹ ਤੁਹਾਨੂੰ ਨਹੀਂ, ਬੋਲੋ, ਤੁਹਾਨੂੰ ਨਹੀਂ ਕਰ ਸਕਦਾ। ਬਾਕੀ ਇਸ ਨਗਰ ਦਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਕੀ ਇਹਦੀ ਹਾਲ ਸੀ। ਉਦੋਂ ਵੀ ਏਦਾਂ ਲੋਕੀ ਖੇਤਾਂ ਚ ਜਾ ਕੇ ਆਏ, ਕਦੀ ਨਾਲੇ ਕੋਲ ਉੱਥੋਂ ਚੱਕ ਕੇ ਕੋਈ ਪੈਰ ਸਿੱਧੇ ਆ, ਕੋਈ ਭੱਜ ਗਿਆ, ਕੋਈ ਟੁੱਟ ਗਿਆ। ਜਾਣੀ ਮੇਰਾ ਕਹਿਣ ਦਾ ਮਤਲਬ ਰੋਟੀਆਂ ਦੇ ਅੰਤ ਦਾ, ਜਾਂ ਸ਼ਰਾਬਾਂ ਪੀ ਜਾਣੀਆਂ, ਕੰਮ ਤੋਂ ਬਿਜਨਸ ਕਰਨਾ ਤੇ ਰੋਟੀ ਪਾਣੀ ਲੱਗਣ ਕਿੱਥੋਂ ਛੱਡਣਾ। ਸੋ ਕਹਿਣ ਦਾ ਭਾਵ ਹੈ ਮੁਖੀਏ ਬੰਦਾ ਏਡਾ ਮਿੰਡਾ ਹੋ ਜਾਵੇ ਤਾਂ ਬਾਕੀ ਦਾ ਘੱਟ ਵਾਹ ਹੋ ਗਿਆ। ਸੋ ਅੱਜ ਤੋਂ 12 ਸਾਲ ਦੀ ਗੱਲ ਆ, ਆਪਣੇ ਕੌਂਸਲ ਆਉਣ ਦਾ ਪੈ ਇੱਕੋ ਹੀ ਦੱਸਿਆ ਕਿ ਜਾ ਮੈਨੂੰ ਦੁਨੀਆ ਦੇਖੂਗੀ। ਤੁਸੀਂ ਦੱਸੋ ਇਸ ਨਗਰ ਵਾਲੇ ਸਹੀ ਹੈ ਕਿ ਗੱਲ ਤੋਂ, ਹੈਂਜੀ ਬਹੁਤ ਦੁਨੀਆਂ ਨੂੰ ਜਲਾਟ ਲੱਗਦਾ। ਟੂਣੇ ਘਰ ਦੇ ਮੋਹਰੇ, ਦੁਕਾਨ ਦੇ ਮੋਹਰੇ ਕੀਤੇ ਨਾ ਚੱਕੇ ਵਿਚਾਰੇ, ਸਾਡੇ ਘਰ ਦੇ ਮੋਹਰੇ ਟੂਣੇ, ਦੁਕਾਨ ਦੇ ਮੋਹਰੇ, ਦੁਕਾਨ ਦੇ ਮੋਹਰੇ ਟੂਣੇ ਕੀਤੇ, ਘਰ ਦੇ ਮੋਹਰੇ ਟੂਣੇ ਕੀਤੇ। ਤੁਸੀਂ ਦੱਸੋ ਫਿਰ ਟੂਣੇ ਟਮਾਣੇ ਛੱਡਦੇ ਆ ਫਿਰ? ਕੋਈ ਨੀ ਛੱਡਦੇ, ਕਿਉਂ ਬੰਦਾ ਹਰ ਟਾਈਮ ਤੱਕ ਕਿਤੇ ਬੰਦਾ ਵਿਸਤੀ ਆਏ, ਸਭ ਚ ਕਮੀਆਂ ਘਾਟਾਂ ਵੀ ਆ ਰਹੀਆਂ। ਪਰ ਇੱਕੋ ਦਿਨ ਆਈ ਇਹਨੂੰ, ਫਿਰ ਇੱਕੋ ਕੁੜੀ ਨੂੰ ਦੱਸਿਆ, ਮੈਂ ਕਿਹਾ ਪੁੱਤ ਗੱਲ ਹੈਗੀ ਏਦਾਂ, ਹੁਣ ਦੇਖੋ ਤੁਸੀਂ ਉੱਧਰ ਜਾਂਦੇ ਆ, ਇੱਥੋਂ ਤੁਹਾਡੀ ਝੱਟ, ਮੈਂ ਕਿਹਾ ਉੱਥੇ ਸੈਰੀ ਸੀ ਆਰ ਡੀ ਪਹੁੰਚ ਜਾਣੀ ਆ, ਉੱਥੇ ਚਲੇ ਗਿਆ ਝੱਟ ਵਿੱਚ, ਹੁਣ ਦੇਖ ਲਾ ਮੈਂ ਕਿਹਾ। ਜੇ ਤਾਂ ਹੁਣ ਤੈਨੂੰ ਲੋੜ ਆ ਸਾਚੀ ਦੀ, ਤਾਂ ਮੁੜ ਕੇ ਤੈਨੂੰ ਉਹੀ ਕੰਮ ਚੱਲਣ ਚਾਹੀਦਾ, ਉਹੀ ਤਾਂ ਸਾਚੀ ਨਾਲ ਕੁਛ ਨਹੀਂ ਮੁਕਿਆ। ਅਭੀ ਨਾ ਵੀ ਹੋਗੇ ਤਾਂ ਘਰ ਤੇ ਰੁਕ ਜਾਣ, ਪਟਾਕੇ ਚੱਲ ਜਾਣ, ਪਟਾਕੇ ਤਾਂ ਚੱਲੇ ਹੋਏ ਆ, ਪੁੱਛ ਲਓ ਰੋਟੀਆਂ ਇੰਤਜ਼ਾਰ ਹੋਣੇ ਲੋਕ ਹੈ ਜੀ। ਹੁਣ ਤੁਹਾਨੂੰ ਪਤਾ ਖੇਡਿਆ ਔਖਾ ਇਕੱਠਾ ਹੋ ਗਿਆ। ਆਈ ਆ ਸਿੱਖਰਵਾਲ ਨੇ ਦੱਸਿਆ, ਐਤਵਾਰ ਇੱਕੋ ਦਿਨ ਪਿਛਲੇ ਐਤਵਾਰ ਪ੍ਰੇਰ ਕੀਤੀ ਆ, ਇੱਥੇ ਕੀਤੀ, ਘਰ 'ਚ ਨਹੀਂ ਗਿਆ, ਘਰ 'ਚ ਨਹੀਂ ਗਿਆ ਨਾ, ਇੱਥੋਂ ਪ੍ਰੇਰ ਕੀਤੀ ਆ, ਉੱਥੋਂ ਇੱਥੋਂ ਆਤਮਾ ਦੇ ਵਿੱਚ ਗੱਲ ਕਹਿ ਦੇ, ਬੱਚਾ ਮੈਨੂੰ ਕੰਮ 'ਤੇ ਜਾਊਗਾ। ਦੂਜੇ ਦਿਨ ਗਿਆ ਜੀ ਕੰਮ 'ਤੇ, ਉੱਦਣ ਹੀ ਕੰਮ 'ਤੇ ਗਿਆ ਜੀ, ਕੋਈ ਸ਼ਰਾਬ ਨਹੀਂ ਪੀਤੀ, ਕੁਛ ਨਹੀਂ, ਤਾਂ ਉੱਦਣ ਦਾ ਖਾਣਾ ਨਹੀਂ ਖਾਂਦਾ, ਏਦਾਂ ਦਾ ਕੰਮ ਕਰ ਦਿੱਤਾ, ਰੋਟੀ ਤੇ ਕਰ ਦਿਆ, ਪਰ ਰੋਟੀ ਖਾਵਣ ਸੁੱਖ ਸੁੱਖ ਕੇ, ਸੁੱਖ ਸੁੱਖ ਕੇ ਦਾਲ ਦਾਲ ਸੜ ਸੜ ਕੇ ਖਵਾ, ਏਦਾਂ ਦਾ ਕੰਮ ਕੀਤਾ। ਸੋ ਇਸ ਪ੍ਰਭੂ ਨੇ ਇਸ ਸੰਤ ਦਾ ਹੀ ਕੰਮ ਕੀਤਾ, ਤੇ ਕਿੰਨਾ ਧੰਨਵਾਦ ਕਰਨਾ ਚਾਹੀਦਾ, ਇੰਨੀ ਪੜਾਈ ਕਰਨੀ ਚਾਹੀਦੀ। ਆਪ ਤੁਹਾਡੇ ਸਾਹਮਣੇ ਬੱਚਾ ਤੇ ਬੇਟੀ ਖੜੀ ਆ, ਖੁਸ਼ੀ ਤੇ ਤਾੜੀ ਲਾ। ਚੰਗਾ ਕੀਤਾ ਜੀ, ਇਹ ਚੰਗਾ ਕੀਤਾ ਜੀ, ਹੁਣ ਕਿੰਨਾ ਧੰਨਵਾਦ ਕਰਨਾ, ਜਿੰਨਾ ਕਰੇ ਦੱਸਣਾ ਲੋਕਾਂ ਨੂੰ, ਲਲਕਾਰ ਕੇ ਦੱਸੋ ਬਸ। ਹੋਰ ਵੀ ਕੋਈ ਜ਼ਿੰਦਗੀ 'ਚ ਗੁਆਇਆ ਸ਼ੋਰਟ 2 ਮਿੰਟ ਵਿੱਚ ਆ, ਤੁਸੀਂ ਆਓ ਜੀ।